ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਹੋਰ ਤਾਜ਼ਾ ਵੱਡੀ ਖਬਰ ਦੇ ਵਿੱਚ ਕਰ ਲੋ ਕਿਉਂ ਭਾਂਡਾ ਮੰਗਲਵਾਰ ਤੋਂ ਹੋ ਜਾਓ ਤਿਆਰ ਹੋ ਗਿਆ ਹੈ ਇਹ ਵੱਡਾ ਐਲਾਨ ਕੀ ਹੈ ਪੂਰੀ ਖਬਰ ਜਾਣਨ ਦੇ ਲਈ ਵੀਡੀਓ ਅੰਤ ਤੱਕ ਜਰੂਰ ਦੇਖਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਓ ਸਾਡੇ ਨਾਲ ਜੁੜੇ ਰਹਿਣ ਦੇ ਲਈ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਵਾਸੀਆਂ ਦੇ ਲਈ ਆ ਰਹੀ ਹੈ ਕੋਰੋਨਾ ਕਾਲ ਵਿੱਚ ਪਰੇਸ਼ਾਨੀਆਂ ਨਾਲ ਜੂਝ ਰਹੇ ਲੋਕਾਂ ਤੇ ਇੱਕ ਹੋਰ ਬੋਝ ਵੱਧ ਗਿਆ ਸਰਕਾਰ ਨੇ 6 ਸਾਲ ਬਾਅਦ ਸਿਹਤ ਸੇਵਾਵਾਂ ਮਹਿੰਗੀਆਂ ਕਰ ਦਿੱਤਆਂ ਹਨ ਨਵੀਆਂ ਦਰਾਂ ਪਹਿਲੀ ਸਤੰਬਰ ਤੋਂ ਲਾਗੂ ਹੋ ਜਾਣਗੀਆਂ ਮਰੀਜ਼ਾਂ ਦੀ ਜੇਬ ਤੇ ਕਰੀਬ 25% ਦੀ ਆਰਥਿਕ ਬੋਝ ਵਧੇਗਾ ਸਰਕਾਰੀ ਹਸਪਤਾਲਾਂ ਵਿੱਚ ਲਗਜ਼ਰੀ ਸਹੂਲਤਾਂ ਲੈਣ ਵਾਲਿਆਂ ਨੂੰ ਵੀ ਆਪਣੀ ਜੇਬ ਕਾਫੀ ਢਿੱਲੀ ਕਰਨੀ ਪਵੇਗੀ ਇਸ ਤੋਂ ਪਹਿਲਾਂ ਸਾਲ 2014 ਵਿੱਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਨੇ ਸੇਤ ਸੂਲਤਾਂ ਦੇ ਰੇਟ ਵਿੱਚ ਵਾਧਾ ਕੀਤਾ ਸੀ ਹਾਲਾਂਕਿ ਸੇਤ ਵਿਭਾਗ ਨੇ 21 ਸ਼੍ਰੇਣੀਆਂ ਨੂੰ ਮੁਫਤ ਇਲਾਜ ਦੇ ਦਾਇਰੇ ਵਿੱਚ ਰੱਖਿਆ ਹੈ ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਹੁਣ ਪ੍ਰਾਈਵੇਟ ਏਸੀ ਰੂਮ ਤੇ ਇੱਕ ਦਿਨ ਲਈ 500 ਦੀ ਥਾਂ ਤੇ 1000 ਰੁਪਏ ਅਤੇ ਵੀਆਈਪੀ ਰੂਮ ਲੈਣ ਲਈ 1250 ਰੁਪਏ ਖਰਚ ਕਰਨੇ ਪੈਣਗੇ ਗੰਭੀਰ ਬਿਮਾਰੀਆਂ ਨਾਲ ਲੜ ਰਹੇ ਮਰੀਜ਼ਾਂ ਨੂੰ ਆਈਸੀਯੂ ਵਿੱਚ ਰਹਿਣ ਲਈ ਹਰ ਰੋਜ਼ 500 ਰੁਪਏ ਚੁਕਾਉਣੇ ਪੈਣਗੇ ਪਹਿਲਾ ਇਹ 150 ਰੁਪਏ ਸੀ ਲੜਾਈ ਝਗੜੇ ਦੇ ਮਾਮਲਿਆਂ ਵਿੱਚ ਮੈਡੀਕਲ ਲੀਗਲ ਰਿਪੋਰਟ ਕਟਵਾਉਣ ਲਈ ਲੋਕਾਂ ਨੂੰ 300 ਦੀ ਥਾਂ ਤੇ 500 ਰੁਪਏ ਦੇਣੇ ਪੈਣਗੇ ਇਸ ਤੋਂ ਇਲਾਵਾ ਐਕਸ-ਰੇ, ECG ਅਤੇ ਆਪਰੇਸ਼ਨ ਦੇ ਰੇਟ ਵੀ ਵੱਧ ਗਿਆ ਹਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੀ MD ਦਾ ਕਹਿਣਾ ਹੈ ਕਿ ਸਰਕਾਰੀ ਹਸਪਤਾਲਾਂ ਵਿੱਚ ਕਰੀਬ 6 ਸਾਲ ਬਾਅਦ ਸਹੂਲਤਾਂ ਦੇ ਰੇਟ ਵਧਾਏ ਗਏ ਹਨ ਆਮ ਲੋਕਾਂ ਦੀ ਜੇਬ ਤੇ ਬੋਝ ਨਹੀਂ ਪਿਆ ਹਸਪਤਾਲ ਵਿੱਚ ਮਹਿਲ ਵਾਲੀਆਂ ਲਗਜ਼ਰੀ ਸਹੂਲਤਾਂ ਲੈਣ ਵਾਲਾਂ ਤੇ ਥੋੜਾ ਆਰਥਿਕ ਬੋਝ ਵਧੇਗਾ ਮਾਲੀਏ ਵਿੱਚ 20 ਤੋਂ 25% ਤੱਕ ਦਾ ਇਜਾਫਾ ਹੋਵੇਗਾ ਫਿਲਹਾਲ ਸਿਹਤ ਸਹੂਲਤਾਂ ਵਿਭਾਗ ਦਾ ਪੂਰਾ ਚੌਕਸ ਕੋਵਿਡ-19 ਦੇ ਮਰੀਜ਼ਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਹੈ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤਾਂ ਕਿ ਇਹ ਜਾਣਕਾਰੀ ਹਰੇਕ ਪੰਜਾਬ ਵਾਸੀ ਇੱਥੇ ਗਰੀਬ ਤੋਂ ਗਰੀਬ ਪਰਿਵਾਰ ਤੱਕ ਪਹੁੰਚੇ ਜੋ ਕਿ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਲਈ ਇਧਰ ਉਧਰ ਭਟਕਦੇ ਰਹਿੰਦੇ ਹਨ ਉਹਨਾਂ ਨੂੰ ਇਹ ਜਾਣਕਾਰੀ ਪਹੁੰਚ ਸਕੇ ਆਪਣੇ WhatsApp Facebook ਗਰੁੱਪਾਂ ਵਿੱਚ ਸ਼ੇਅਰ ਕਰ ਦਿਓ ਆਉਣ ਵਾਲੀਆਂ ਖਬਰਾਂ ਲਈ ਆਪਣੇ ਚੈਨਲ ਨਾਲ ਜਰੂਰ ਜੁੜੇ ਰਹੋ ਧੰਨਵਾਦ